ਆਮ ਆਦਮੀ ਪਾਰਟੀ ਨੂੰ ਦਿੱਲੀ ਵਿੱਚ ਮਿਲੀ ਬੰਪਰ ਜਿੱਤ ਤੋਂ ਬਾਅਦ ਪਾਰਟੀ ਵੱਲੋਂ ਪੰਜਾਬ ਵਿੱਚ ਚਲਾਈ ਗਈ ਮੈਂਬਰਸ਼ਿਪ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਥਾਨਕ MR ਕਾਲਜ ਦੇ ਬਾਹਰ ਆਮ ਆਦਮੀ ਪਾਰਟੀ ਵੱਲੋਂ ਸਮਰਵੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਮੈਂਬਰਸ਼ਿਪ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੌਕੇ ਸਮਰਵੀਰ ਸਿੰਘ ਨੇ ਦੱਸਿਆ ਕਿ ਪਾਰਟੀ ਦੇ ਆਦੇਸ਼ ਅਨੁਸਾਰ ਫਾਜ਼ਿਲਕਾ ਵਿੱਚ 23 ਮਾਰਚ ਤੱਕ ਮੈਂਬਰਸ਼ਿਪ ਮੁਹਿੰਮ ਚਲਾਈ ਜਾਏਗੀ। ਉਹਨਾਂ ਦੱਸਿਆ ਕਿ ਫਾਜ਼ਿਲਕਾ ਦੇ ਜਨਤਕ ਖੇਤਰਾਂ 'ਤੇ ਬੂਥ ਲਗਾ ਕੇ ਮੈਂਬਰਸ਼ਿਪ ਫਾਰਮ ਭਰੇ ਜਾ ਰਹੇ ਹਨ। ਫਾਜ਼ਿਲਕਾ ਜ਼ਿਲ੍ਹੇ ਦੇ ਨੌਜਵਾਨਾਂ ਵਿੱਚ ਆਮ ਆਦਮੀ ਪਾਰਟੀ ਨਾਲ ਜੁੜਨ ਦਾ ਭਾਰੀ ਕਰੇਜ਼ ਹੈ। ਉਹਨਾਂ ਦਾਅਵਾ ਕੀਤਾ ਕਿ ਜਿਸ ਤਰ੍ਹਾਂ ਪਾਰਟੀ ਦਾ ਗ੍ਰਾਫ ਤੇਜ਼ੀ ਨਾਲ ਵੱਧ ਰਿਹਾ ਹੈ, ਉਸ ਤੋਂ ਇਹ ਸਾਫ਼ ਹੋ ਰਿਹਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦਿੱਲੀ ਦੀ ਤਰ੍ਹਾਂ ਉਭਰੇਗੀ ਅਤੇ ਪੰਜਾਬ ਵਿੱਚ ਵੀ ਆਪ ਦੀ ਸਰਕਾਰ ਬਣਾਏਗੀ। ਸਾਡੀ ਪਾਰਟੀ ਨੇ ਜੀ ਸਾਨੂੰ ਪਿੱਛੋਂ ਹਦਾਇਤਾਂ ਆਈਆਂ ਸੀਗੀਆਂ। ਅਸੀਂ ਪਿਛਲੀ 1 ਤਰੀਕ ਤੋਂ 1 ਮਾਰਚ ਤੋਂ ਫਾਜ਼ਿਲਕਾ ਦੇ ਵੱਖ ਵੱਖ ਜਗ੍ਹਾ ਦੇ ਵਿੱਚ ਮੈਂਬਰਸ਼ਿਪ ਡਰਾਈਵ ਸ਼ੁਰੂ ਕੀਤੀ ਹੋਈ ਹੈ ਜੀ। ਪਿੰਡਾਂ ਦੇ ਵਿੱਚ, ਸ਼ਹਿਰ ਦੇ ਮੁਹੱਲਿਆਂ ਦੇ ਵਿੱਚ, ਮਾਰਕੀਟ ਦੀਆਂ ਜਿਹੜੇ ਜ਼ਿਆਦਾ ਟ੍ਰੈਫਿਕ ਵਾਲੇ ਸਪੋਟਸ ਨੇ ਉੱਥੇ ਸਾਰੇ ਜਗ੍ਹਾ 'ਤੇ ਅਸੀਂ ਟੇਬਲ ਲਾ ਕੇ ਮੈਂਬਰਸ਼ਿਪ ਕੀਤੀ ਹੈ ਅਤੇ ਇਹ ਮੈਂਬਰਸ਼ਿਪ ਡਰਾਈਵ ਅਸੀਂ 23 ਮਾਰਚ ਤੱਕ ਕੰਟੀਨਿਊ ਕਰਾਂਗੇ ਅਤੇ ਸਾਨੂੰ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ, ਖਾਸ ਕਰ ਦਿੱਲੀ ਦੇ ਇਤਿਹਾਸਿਕ ਨਤੀਜਿਆਂ ਤੋਂ ਬਾਅਦ। ਪੰਜਾਬ ਦੇ ਲੋਕ ਵੀ ਹੁਣ ਚਾਹੁੰਦੇ ਨੇ ਵੀ ਪੰਜਾਬ ਵਿੱਚ ਵੀ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਸਰਕਾਰ ਬਣੇ ਅਤੇ ਵੱਧ ਤੋਂ ਵੱਧ ਉਤਸ਼ਾਹ ਨਾਲ ਮੈਂਬਰਸ਼ਿਪ ਕਰਵਾ ਰਹੇ ਨੇ ਅਤੇ ਮੈਨੂੰ ਪੂਰਨ ਆਸ ਹੈ ਵੀ ਜੋ ਸਾਡਾ ਮਿਸ਼ਨ ਹੈ 2022 ਦਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਇਹ ਮੈਂਬਰਸ਼ਿਪ ਡਰਾਈਵ ਉਹਦੇ ਵਿੱਚ ਇੱਕ ਅਹਿਮ ਰੋਲ ਅਦਾ ਕਰੂ। ਸਰ, ਜਿਵੇਂ ਤੁਸੀਂ ਹਲਕਾ ਇੰਚਾਰਜ ਹੋ ਆਮ ਆਦਮੀ ਪਾਰਟੀ ਦੇ, ਆਮ ਆਦਮੀ ਪਾਰਟੀ ਦੇ ਆਉਣ ਵਾਲੇ ਨਗਰ ਕੌਂਸਲ ਚੁਣਾਵ ਦੇ ਵਿੱਚ ਕਿਸ ਤਰ੍ਹਾਂ ਦੀ ਭੂਮਿਕਾ ਰਹੇਗੀ? ਜੋ ਹੁਣ ਤੱਕ ਸਾਨੂੰ ਪਿੱਛੋਂ ਗਾਈਡਲਾਈਨਸ ਆਈਆਂ, ਅਸੀਂ ਨਗਰ ਕੌਂਸਲ ਦੇ ਚੁਣਾਵ ਸਾਰੇ ਦੇ ਸਾਰੇ ਵਾਰਡਾਂ 'ਤੇ ਲੜਾਂਗੇ ਅਤੇ ਮੈਨੂੰ ਲੱਗਦਾ ਵੀ ਸਾਨੂੰ ਵੀ ਪੰਜਾਬ ਦੇ ਵੋਟਰ ਇਹਨਾਂ ਲੋਟੂ ਟੋਲਿਆਂ ਨੂੰ, ਅਕਾਲੀ ਦਲ ਅਤੇ ਕਾਂਗਰਸ ਪਾਰਟੀਆਂ ਨੂੰ ਕਰਾਰਾ ਜਵਾਬ ਦੇਣਗੇ, ਉਹਨਾਂ ਸਾਨੂੰ ਵੱਡੀ ਜਿੱਤ ਪ੍ਰਾਪਤ ਹੋਣੀ। ਸਰ, ਭਾਜਪਾ ਦੇ ਇੱਕ ਪਾਰਸ਼ਦ ਅਤੇ ਪ੍ਰਦੇਸ਼ ਕਾਰਿਆਕਾਰੀ ਸਦੱਸਿਆਂ ਨੂੰ ਤੁਸੀਂ ਆਪ ਪਾਰਟੀ ਵਿੱਚ ਸ਼ਾਮਿਲ ਕੀਤਾ ਹੈ, ਕੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਹੋਰ ਵੀ ਪਾਰਸ਼ਦ ਜਿਹੜੇ ਨੇ ਜਲਦ ਹੀ ਆਪ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਆ, ਕੀ ਇਹ ਸੂਚਨਾ ਸਹੀ ਹੈ? ਨਹੀਂ, ਮੈਂ ਇਸ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਸਾਥੀ ਬਹੁਤ ਪਾਰਟੀ ਨਾਲ ਜੁੜ ਰਹੇ ਹੈ ਅਤੇ ਮੈਂ ਕੋਈ ਪਰਟੀਕੁਲਰ ਕਿਸੇ MC ਜਾਂ ਕਿਸੇ ਪਾਰਟੀ ਦੀ ਗੱਲ ਨਹੀਂ ਕਰੂੰਗਾ। ਬਾਕੀ ਸਾਨੂੰ ਹੁੰਗਾਰਾ ਬਹੁਤ ਵਧੀਆ ਮਿਲ